ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਘਾ ਸਵਾਗਤ ਹੈ ਜੀ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 33ਵੇਂ ਸੀਜ਼ਨ ਦੇ 3ਜੇ ਐਪੀਸੋਡ ਦੇ ਵਿੱਚ। ਸੁਨਹਿਰੀ ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਸ਼ਹੀਦੀਆਂ ਕਿਧਰੇ ਤਵੀਆਂ 'ਤੇ ਬਿਠਾਇਆ, ਕਿਧਰੇ ਸੀਸ ਧੜ ਨਾਲੋਂ ਅਲੱਗ ਕੀਤਾ, ਕਿਧਰੇ ਨੀਹਾਂ ਚਿਣੇ ਗਏ, ਕਿਧਰੇ ਬੰਦ ਬੰਦ ਕਟਾਏ, ਕਿਧਰੇ ਖੋਪਰੀਆਂ ਲਵਾਈਆਂ। ਪਰ ਸਿਧਾਂਤ ਇੱਕ ਹੀ, ਅਕੀਦਾ ਸਿੱਖੀ ਧਰਮ ਨਹੀਂ ਛੱਡਿਆ। ਅੱਜ 21ਵੀਂ ਸਦੀ 'ਚ ਸੋਚੀਏ ਕਿ ਸਾਡੇ ਸਿੱਖਾਂ ਨੂੰ ਧਰਮ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਰਿਹਾ। ਕਾਰਨ ਲੱਭੀਏ, ਇੰਟਰੋਸਪੈਕਸ਼ਨ ਕਰੀਏ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਾਰਨ ਲੱਭੀਏ ਕਿਉਂ ਧਰਮ ਪਰਿਵਰਤਨ ਹੋ ਰਿਹਾ, ਕਿਉਂ ਪਰਿਵਾਰਾਂ ਦੇ ਪਰਿਵਾਰ ਜਾ ਰਹੇ ਦੂਜੇ ਪਾਸੇ, ਆਪਣਾ ਵਿਰਸਾ ਆਪਣਾ ਧਰਮ ਛੱਡ ਕੇ। ਤਿੰਨ ਕਾਰਨ ਜੇ ਸੰਭਾਲ ਲਵਾਂਗੇ ਤਾਂ ਵਿਨਰ ਹੋਵਾਂਗੇ, ਜੇ ਨਾ ਸੰਭਲੇ ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੀ ਮਾਫ ਨਹੀਂ ਕਰਨਗੀਆਂ। ਪਹਿਲੀ ਗੱਲ, ਜਾਣੋ ਜੋਤ ਨਾ ਪੁੱਛੋ ਜਾਤੀ। ਕਰਦੇ ਹਾਂ ਨਾ ਵਿਤਕਰਾ ਜਾਤਾਂ ਦਾ, ਸੋ ਕਾਲਡ ਨੀਵੀਆਂ ਜਾਤਾਂ ਵਾਲਿਆਂ ਨੂੰ ਆਪਣੇ ਨਾਲ ਗੁਰਦੁਆਰੇ ਉਹਨਾਂ ਦੇ ਅਲੱਗ ਬਣਵਾ ਦਿੱਤੇ, ਆਪਣੇ ਗੁਰਦੁਆਰਿਆਂ 'ਚ ਉਹਨਾਂ ਨੂੰ ਸਤਿਕਾਰ ਨਹੀਂ ਮਿਲਿਆ। ਜਾਣਗੇ ਨਾ ਦੂਜੇ ਪਾਸੇ, ਖਿਆਲ ਕਰੀਏ, ਬਾਣੀ ਨੂੰ ਸਮਝੀਏ, ਸਾਰੇ ਮਨੁੱਖ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਐਡੇ ਸਾਨੂੰ ਉਪਦੇਸ਼ ਹੁੰਦੇ ਹੋਏ ਬਾਣੀ ਦੇ ਕਿਸ ਭੁਲੇਖੇ 'ਚ ਅਸੀਂ ਜਾਤਾਂ ਪਾਤਾਂ ਦੇ ਪਏ ਹਾਂ। ਦੂਜੀ ਗੱਲ, ਦਿਖਾਵੇ ਦੇ ਕੰਮ, ਨਗਰ ਕੀਰਤਨ, ਲੰਗਰ ਸੜਕਾਂ ਦੇ ਲਾਣੇ, ਕਮਿਊਨਿਟੀ ਦੀ ਰਿਸੋਰਸਿਸ ਨੂੰ ਵੇਸਟ ਨਾ ਕਰੀਏ, ਆਪਣੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀਏ। ਕਦੀ ਨਹੀਂ ਜਾਣਗੇ ਧਰਮ ਪਰਿਵਰਤਿਤ ਕਰਕੇ, ਆਪਣੇ ਨਾਲ ਗਲੇ ਨਾਲ ਲਾਈਏ, ਉਹਨਾਂ ਦੀ ਪੜ੍ਹਾਈ ਦਵਾਈ ਕਮਾਈ ਲਈ ਉਹਨਾਂ ਦੀ ਹੈਲਪ ਕਰੀਏ। ਤੀਜੀ ਗੱਲ, ਗੁਰਬਾਣੀ ਦੇ ਵਡਮੁੱਲੇ ਅਸੂਲਾਂ ਨੂੰ, ਜਿਹੜੇ ਯੂਨੀਵਰਸਲ ਮੈਸੇਜਿਸ ਹਨ ਗੁਰਬਾਣੀ ਦੇ, ਔਰ ਆਪਣਾ ਜਿਹੜਾ ਸੁਨਹਿਰੀ ਵਿਰਸਾ ਉਹਦੇ ਨਾਲ ਜੋੜੀਏ ਇਹਨਾਂ ਪਰਿਵਾਰਾਂ ਨੂੰ ਜਿਹੜੇ ਧਰਮ ਪਰਿਵਰਤਨ ਕਰ ਰਹੇ ਹਨ। ਹਰ ਨੌਜਵਾਨ, ਹਰ ਵੀਰ, ਹਰ ਗੁਰਦੁਆਰੇ ਦਾ ਪ੍ਰਬੰਧਕ ਇਸ ਗੱਲ ਨੂੰ ਸਮਝੇ ਕਿ ਕਿਸ ਚੀਜ਼ ਦੀ ਕੌਮ ਨੂੰ ਲੋੜ ਲਏ। ਕੱਢ ਲਵਾਂਗੇ ਫਿਰ ਨਗਰ ਕੀਰਤਨ, ਅੱਜ ਕਿਸ ਚੀਜ਼ ਦੀ ਲੋੜ ਹੈ, ਸਮੇਂ ਨੂੰ ਸੰਭਾਲੀਦਾ। ਉਹ ਹੀ ਸਿਆਣਾ ਮਨੁੱਖ ਹੁੰਦਾ ਜਿਹੜਾ ਸਮੇਂ ਦੀ ਕਦਰ ਕਰਦਾ, ਸਮੇਂ ਦੀ ਗੱਲ ਨੂੰ ਸਮਝਦਾ, ਲੋੜ ਕਿਸ ਚੀਜ਼ ਦੀ ਹੈ, ਕਰੀ ਕੀ ਜਾਂਦੇ ਹਾਂ। ਕਮਿਊਨਿਟੀ ਦੇ ਰਿਸੋਰਸਿਸ ਨੂੰ ਸੰਭਾਲ ਕੇ ਇਹਨਾਂ ਪਰਿਵਾਰਾਂ ਲਈ ਯੂਜ਼ ਕਰੀਏ, ਲੱਭੀਏ ਇਹਨਾਂ ਨੂੰ, ਤਾਂ ਕਿ ਧਰਮ ਪਰਿਵਰਤਨ ਵਾਲਾ ਜਿਹੜਾ ਪ੍ਰੋਬਲਮ ਹੈ ਸਿਰਫ ਡਿਸਕਸ ਨਾ ਕਰੀਏ। ਸਾਡੀ ਟੀਮ ਵੀ ਇਸ ਪਾਸੇ ਆਪਣਾ ਨਿਮਾਣਾ ਜਿਹਾ ਯਤਨ ਜਾਰੀ ਰੱਖਿਆ ਹੋਇਆ। ਸੋ ਅੱਜ ਦੇ ਅਸੀਂ ਜਿਹੜੇ ਰੋਲ ਓਵਰ ਕੰਟੈਸਟੈਂਟ ਸਨ, ਰਵਿੰਦਰ ਕੌਰ ਜੀ ਪਟਿਆਲਾ ਤੋਂ ਸਾਡੇ ਨਾਲ ਫਿਰ ਜੁੜ ਗਏ,
ਅਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਇੱਕ ਵਾਰੀ ਫਤਿਹ ਦੀ ਸਾਂਝ ਪਾਓ ਹਰਵਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕਿਤਨੇ ਕੁਐਸਚਨਸ ਦੇ ਜਵਾਬ ਦੇ ਦਿੱਤੇ ਸਨ? ਹਾਂਜੀ, ਮੈਂ 4th ਕੁਐਸਚਨ ਦੇ ਜਵਾਬ ਦਿੱਤੇ ਨੇ। 4th ਕੁਐਸਚਨ ਵੈਰੀ ਗੁੱਡ। ਤਾਂ ਪੰਜਵਾਂ ਕੁਐਸਚਨ ਜਿਹੜਾ ਲੈਵਲ 1 ਦਾ ਲਾਸਟ ਕੁਐਸਚਨ ਹੈ, ਉਹ ਹੁਣ ਆਪ ਜੀ ਲਈ, ਆਪ ਜੀ ਦੀ ਸਕਰੀਨ 'ਤੇ ਵਿਜੂਅਲ ਕੁਐਸਚਨ। ਆਈਡੈਂਟੀਫਾਈ ਦ ਯੰਗ ਸਿੱਖ ਅਚੀਵਰ, ਨੌਜਵਾਨ ਸਿੱਖ ਅਚੀਵਰ ਦੀ ਪਛਾਣ ਕਰ। ਆਪ ਜੀ ਲਈ ਸਕਰੀਨ 'ਤੇ ਇੱਕ ਇਮੇਜ ਆ ਰਹੀ। ਇਮੇਜ ਆਪ ਜੀ ਨੇ ਦੇਖੀ ਅਤੇ ਹੁਣ ਆ ਗਏ ਆਪਸ਼ਨਸ। ਏ ਰਣਵੀਰ ਸਿੰਘ, ਬੀ ਓਮਕਾਰ ਸਿੰਘ, ਸੀ ਸਾਹਿਬ ਸਿੰਘ, ਜਾਂ ਡੀ ਤੇਗ ਬੀਰ ਸਿੰਘ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਮੈਂ ਇਹ ਚੋਇਸ ਨਾਲ ਜਾਣਾ ਚਾਹੁੰਦੀ ਹਾਂ, ਰਣਵੀਰ ਸਿੰਘ। ਇਹ ਆਪਸ਼ਨ ਰਣਵੀਰ ਸਿੰਘ ਆਪ ਜੀ ਕਹਿ ਰਹੇ ਹੋ, ਅਤੇ ਅਸੀਂ ਬਿਨਾਂ ਦੇਰੀ ਲਗਾਏ ਇਹ ਆਪਸ਼ਨ ਨੂੰ ਲੌਕ ਕਰ ਰਹੇ ਹਾਂ। ਔਰ ਜਵਾਬ ਆਪ ਜੀ ਦਾ ਬਿਲਕੁਲ ਠੀਕ ਹੋ ਗਿਆ। ਬਹੁਤ ਬਹੁਤ ਮੁਬਾਰਕਾਂ ਸਾਡੇ ਸਪੋਂਸਰਸ ਵੱਲੋਂ, ਸਿਮਕੋ ਏਅਰ ਫਿਕਸਰ ਵੱਲੋਂ। ਆਪ ਜੀ ਨੇ ਲੈਵਲ 1 ਕ੍ਰੋਸ ਕਰ ਲਿਆ ਹੈ। ਆਓ ਬਣੀਏ ਗੁਰਸਿੱਖ ਪਿਆਰਾ। ਔਰ ਆਪ ਜੀ ਪ੍ਰੋਸੀਡ ਕਰ ਗਏ ਹੋ ਲੈਵਲ 2 ਦੇ ਪਹਿਲੇ ਕੁਐਸਚਨ, 6th ਕੁਐਸਚਨ ਆਫ ਦੀ ਗੇਮ, ਜਿਹੜਾ ਕਿ ਹੁਣ ਆਪ ਜੀ ਲਈ ਆਪ ਜੀ ਦੀ ਸਕਰੀਨ 'ਤੇ। ਇਨ ਵਿਚ ਲਾਵਾਂ ਡੂ ਦਾ ਵਰਡਸ ਨਿਰਮਲ ਭਾਉ ਐਪੀਅਰ ਇਨ ਦਾ ਬਾਣੀ ਆਫ ਦਾ ਲਾਵਾਂ ਪਰਫੋਰਮ ਡਿਊਰਿੰਗ ਆਨੰਦ ਕਾਰਜ। ਆਨੰਦ ਕਾਰਜ ਸਮੇਂ ਗਾਇਨ ਕੀਤੇ ਜਾਂਦੇ ਲਾਵਾਂ ਦੇ ਪਾਠ ਵਿੱਚ ਨਿਰਮਲ ਭਾਉ ਸ਼ਬਦ ਕਿਹੜੀ ਲਾਮ ਵਿੱਚ ਆਉਂਦੇ ਹਨ? ਆਪ ਜੀ ਲਈ ਆਪਸ਼ਨਸ ਆ ਗਏ, ਏ ਪਹਿਲੀ, ਬੀ ਦੂਜੀ, ਸੀ ਤੀਜੀ, ਜਾਂ ਡੀ ਚੌਥੀ। ਹਾਂਜੀ, ਮੈਂ ਆਪਸ਼ਨ ਬੀ ਨਾਲ ਜਾਣਾ ਚਾਹੁੰਦੀ ਹਾਂ, ਦੂਜੀ ਲਾਮ। ਦੂਜੀ ਲਾਮ, ਨਿਰਮਲ ਭਾਉ ਜਿਹੜਾ ਦੋ ਵਰਡਸ ਨੇ ਆਪ ਜੀ ਲਾਮ ਦੇ ਵਿੱਚ ਮੰਨ ਰਹੇ ਹੋ, ਅਤੇ ਅਸੀਂ ਬੀ ਨੂੰ ਲੌਕ ਕਰਦੇ ਹਾਂ ਜੀ। ਔਰ ਬਿਲਕੁਲ ਠੀਕ ਜਵਾਬ, ਬਹੁਤ ਅੱਛੇ ਆਪ ਜੀ ਨੇ ਲਾਵਾਂ ਦਾ ਪਾਠ, ਸਾਨੂੰ ਉਮੀਦ ਹੈ ਕਿ ਆਪ ਜੀ ਨੇ ਜ਼ਰੂਰ ਚੰਗੀ ਤਰ੍ਹਾਂ ਪੜ੍ਹਿਆ ਔਰ ਯਾਦ ਰੱਖਿਆ। ਵੱਧ ਗਏ ਆਪ ਜੀ 7th ਕੁਐਸਚਨ ਵੱਲ ਗੇਮ ਦੇ, ਬੜੀ ਛੇਤੀ ਨਾਲ ਆਪ ਜੀ ਪਹੁੰਚ ਰਹੇ ਹੋ ਟਾਈਟਲ ਵਾਲੇ ਪਾਸੇ। 7th ਕੁਐਸਚਨ ਹੁਣ ਆਪ ਜੀ ਦੇਖ ਰਹੇ ਹੋ ਸਕਰੀਨ 'ਤੇ। Which Sikh soldier from New Zealand Army has become a military officer in Singapore by participating in the passing in the officer cadet commissioning parade held in March 2024? Aap jee options aa gaye, A Parjeet Singh, B Prabdeep Singh, C Ishwinder Singh, ya D Man Simrat Singh. ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਪੜ੍ਹਿਆ ਇਸ ਬਾਰੇ ਆਪ ਜੀ ਨੇ? ਹਾਂਜੀ ਪੜ੍ਹਿਆ ਹੈ। ਫਿਰ ਆਪਣੀ ਸਾਰੀ ਯਾਦਾਸ਼ ਨੂੰ ਇਕੱਠਾ ਕਰਕੇ ਅਸੀਂ ਉਮੀਦ ਕਰਾਂਗੇ ਕਿ ਆਪ ਜੀ ਬਿਲਕੁਲ ਠੀਕ ਜਵਾਬ ਦੇਵੋਗੇ। ਸਮੇਂ ਦਾ ਖਿਆਲ ਰੱਖਣਾ ਆਪਣੇ, ਘੜੀ ਕਲਿੱਕ ਕਰ ਰਹੀ ਹੈ। ਮੈਂ ਇੱਥੇ ਲਾਈਫਲਾਈਨ ਯੂਜ਼ ਕਰਾਂਗੀ। ਲਾਈਫਲਾਈਨ, ਕਿਹੜੀ ਲਾਈਫਲਾਈਨ ਯੂਜ਼ ਕਰਨਾ ਚਾਹੁੰਦੇ ਹੋ? ਐਕਸਪਰਟ ਐਡਵਾਈਸ। ਐਕਸਪਰਟ ਐਡਵਾਈਸ ਦੀ ਲਾਈਫਲਾਈਨ ਯੂਜ਼ ਕਰਨਾ ਚਾਹੁੰਦੇ ਹੋ। ਔਰ ਅੱਜ ਸਾਡੇ ਨਾਲ ਹਰਲੀਨ ਕੌਰ ਜੀ ਟੋਬਿਕੋ ਟੋਰੋਂਟੋ ਕੈਨੇਡਾ ਤੋਂ ਜੁੜ ਰਹੇ ਹਨ। ਮੈਂ ਹਰਲੀਨ ਕੌਰ ਜੀ ਨੂੰ ਜੀ ਆਇਆਂ ਕਹਿੰਦਾ ਹਾਂ, ਕੁਐਸਚਨ ਉਹਨਾਂ ਦੇ ਸਾਹਮਣੇ ਵੇ, ਅਤੇ
ਦੇਖਦੇ ਹਾਂ ਕਿ ਆਪ ਜੀ ਦੀ ਕੀ ਹੈਲਪ ਕਰ ਸਕਦੇ ਹਨ। ਇਟਸ ਓਵਰ ਟੂ ਹਰਲੀਨ ਕੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਰਵਿੰਦਰ ਕੌਰ ਜੀ, ਇਸ ਕੁਐਸਚਨ ਦਾ ਸਹੀ ਆਨਸਰ ਹੈ ਮਨਸਿਮਰਤ ਸਿੰਘ ਜੀ। ਮਨਸਿਮਰਤ ਸਿੰਘ ਜੀ ਹੈਜ਼ ਮੇਡ ਦ ਇੰਟਾਇਰ ਸਿੱਖ ਕਮਿਊਨਿਟੀ ਪ੍ਰਾਊਡ ਬਾਈ ਬਿਕਮਿੰਗ ਅ ਮਿਲਟਰੀ ਆਫਿਸਰ ਇਨ ਸਿੰਗਾਪੁਰ ਰੀਸੈਂਟਲੀ ਇਨ ਮਾਰਚ 2024। ਹਰਲੀਨ ਕੌਰ ਜੀ ਨੇ ਆਪ ਜੀ ਨੂੰ ਜਵਾਬ ਦਿੱਤਾ, ਆਪ ਜੀ ਨੇ ਸੁਣਿਆ, ਕੀ ਆਪ ਜੀ ਉਹਨਾਂ ਨਾਲ ਐਗਰੀ ਕਰਦੇ ਹੋ? ਹਾਂਜੀ, ਮੈਂ ਉਹਨਾਂ ਨਾਲ ਸਹਿਮਤ ਹਾਂ ਜੀ। ਮੈਂ ਡੀ ਆਪਸ਼ਨ ਮਨਸਿਮਰਤ ਸਿੰਘ ਨਾਲ ਜਾਣਾ ਚਾਹਾਂਗੀ। ਆਪ ਜੀ ਡੀ ਆਪਸ਼ਨ ਮਨਸਿਮਰਤ ਸਿੰਘ ਨਾਲ ਜਾਣਾ ਚਾਹੁੰਦੇ ਹੋ, ਅਤੇ ਅਸੀਂ ਲੌਕ ਕਰਕੇ ਦੇਖ ਲੈਂਦੇ ਹਾਂ ਕਿ ਹਰਲੀਨ ਕੌਰ ਜੀ ਔਰ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਐਂਡ ਇਟਸ ਕਰੈਕਟ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਮੈਨੂੰ ਆਨਸਰ ਦੱਸ ਕੇ ਅੱਗੇ ਪਹੁੰਚਾਇਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਯੂ ਆਰ ਵੈਰੀ ਵੈਲਕਮ ਐਂਡ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ ਫਾਰ ਦਾ ਰੈਸਟ ਆਫ ਦਾ ਸ਼ੋਅ। ਵਧਾਂਗੇ ਜੀ। ਇਟਸ ਕੁਐਸਚਨ ਆਫ ਦੀ ਗੇਮ। ਇਟਸ ਐਨ ਆਡੀਓ ਕੁਐਸਚਨ। ਆਈਡੈਂਟੀਫਾਈ ਦੀ ਵਾਇਸ ਆਫ ਸਿੱਖ ਵਿਮੈਨ ਰਾਗੀ ਜੀ। ਸਿੱਖ ਬੀਬੀ ਰਾਗੀ ਜੀ ਦੀ ਆਵਾਜ਼ ਦੀ ਪਛਾਣ ਕਰੋ। ਆਪ ਜੀ ਲਈ ਹੁਣ ਇੱਕ ਆਡੀਓ ਪਲੇਅ ਕੀਤਾ ਜਾ ਰਿਹਾ, ਬੜੇ ਧਿਆਨ ਨਾਲ ਆਪ ਜੀ ਸੁਣਨਾ ਹੈ। ਹਰ ਪਹਿਲੜੀ ਨਾ ਪਰ ਵੇਰਤੀ ਕਰ ਪਟਿਆਲਾ ਤੋਂ ਬਿਲੋਂਗ ਕਰਦੇ ਹੋ ਤੇ ਪਟਿਆਲਾ ਹੀ ਆਪਨੇ ਜਵਾਬ ਦਿੱਤਾ, ਪਹਿਲਾਂ ਦੇਖ ਲੈਂਦੇ ਆ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਹਾਂਜੀ, ਇਹ ਆਪਸ਼ਨ ਨੂੰ ਲੌਕ ਕੀਤਾ ਜਾਵੇ ਔਰ ਇਹ ਬਿਲਕੁਲ ਠੀਕ ਜਵਾਬ ਹੈ ਜੀ। ਔਰ ਆਪ ਦੀ ਲੈਵਲ 2 ਦੇ ਲਾਸਟ ਕੁਐਸਚਨ ਐਂਡ ਲਾਸਟ ਕੁਐਸਚਨ ਆਫ ਦੀ ਗੇਮ ਵੱਲ ਪ੍ਰੋਸੀਡ ਕਰ ਗਏ। ਪਰ ਇੱਥੇ ਜਾਣਨਾ ਚਾਹਾਂਗੇ, ਆਪ ਜੀ ਪਟਿਆਲੇ 'ਚ ਰਹਿੰਦੇ ਹੋ, ਬੀਬੀ ਰਵਿੰਦਰ ਕੌਰ ਜੀ ਨੂੰ ਕਦੀ ਮਿਲੇ ਹੋ ਸਟੇਜ 'ਤੇ, ਕਦੀ ਫੇਸ ਟੂ ਫੇਸ ਸੁਣਿਆ ਇਹਨਾਂ ਨੂੰ? ਮੇਰੀ ਬੇਟੀ ਨਾ ਬੁੱਢਾ ਦਾ ਸਕੂਲ ਪੜ੍ਹਦੀ ਹੈ, ਇਹ ਉੱਥੇ ਹੀ ਟੀਚਰ ਹਨ, ਉੱਥੇ ਹੀ ਮਿਊਜ਼ਿਕ ਕਰਵਾਉਂਦੇ ਹਨ। ਫਿਰ ਤਾਂ ਆਪ ਜੀ ਨੂੰ ਬੜਾ ਆਸਾਨ ਹੋ ਗਿਆ ਇਸ ਦਾ ਜਵਾਬ ਦੇਣਾ, ਹੈ ਨਹੀਂ? ਗੁੱਡ। ਸੋ 9th ਕੁਐਸਚਨ ਹੁਣ ਆਪ ਜੀ ਲਈ, ਆਪ ਜੀ ਦੀ ਸਕਰੀਨ 'ਤੇ ਆ ਗਿਆ ਜੀ। ਇਨ 2023 ਵਿੱਚ ਸਿੱਖ ਕਾਰ ਐਂਥੂਜ਼ੀਆਸਟ ਅੰਡਰ ਟੁੱਕ ਏ ਰਿਮਾਰਕੇਬਲ ਜਰਨੀ ਬਾਏ ਡਰਾਈਵਿੰਗ ਇਸ ਫੋਰਡ ਬ੍ਰੌਨਕੋ SUV ਫਰੋਮ ਕੈਨੇਡਾ ਟੂ ਇੰਡੀਆ, ਸਪੈਨਿੰਗ ਅਪਰੋਕਸੀਮੇਟਲੀ 19,000 ਕਿਲੋਮੀਟਰਸ ਓਵਰ 40 ਡੇਜ਼ ਐਂਡ ਟਰੈਵਲਿੰਗ ਥਰੂ 18 ਕੰਟਰੀਜ਼ ਬਿਫੋਰ ਫਾਈਨਲੀ ਰੀਚਿੰਗ ਇਸ ਡੈਸਟੀਨੇਸ਼ਨ ਇਨ ਇੰਡੀਆ। ਆਪ ਜੀ ਲਈ ਆਪਸ਼ਨਸ ਆ ਗਏ, ਏ ਸਤਨਾਮ ਸਿੰਘ, ਬੀ ਜਸਮੀਤ ਸਿੰਘ, ਸੀ ਪ੍ਰੀਤ ਸਿੰਘ ਜਾਂ ਡੀ ਗੁਰਵਿੰਦਰ ਸਿੰਘ। ਕੁਐਸਚਨ ਆਪ ਜੀ ਨੂੰ ਉਮੀਦ ਕਰਦੇ ਹਾਂ ਸਮਝ ਆ ਗਿਆ। ਆਪਸ਼ਨਸ ਆਪਦੇ ਸਾਹਮਣੇ, ਇੱਥੇ ਨਾ ਮੈਂ 50-50 ਲੈਣਾ ਚਾਹਾਂਗੀ ਜੀ। 50-50 ਕੰਪਿਊਟਰ ਜੀ, ਪਲੀਜ਼ ਘੜੀ ਨੂੰ ਰੋਕ ਦਿੱਤਾ ਜਾਏ ਔਰ ਦੋ ਗਲਤ ਆਪਸ਼ਨਸ ਡਿਲੀਟ ਕਰ ਦਿੱਤੇ ਜਾਣ ਜੀ। ਇਰਵਿੰਦਰ ਕੌਰ ਜੀ, ਸੀ ਔਰ ਡੀ ਆਪਸ਼ਨ ਹਟਾ ਦਿੱਤੇ ਗਏ, ਏ ਸਤਨਾਮ ਸਿੰਘ, ਬੀ ਜਸਮੀਤ ਸਿੰਘ ਆਪ ਜੀ ਦੇ ਸਾਹਮਣੇ। ਹੁਣ ਆਪ ਜੀ ਜਲਦੀ ਦੇ ਨਾਲ ਡਿਸੀਜਨ ਲਓ ਜੀ। ਹਾਂਜੀ, ਮੈਂ ਬੀ ਆਪਸ਼ਨ ਜਸਮੀਤ ਸਿੰਘ ਨਾਲ ਜਾਣਾ ਚਾਹਾਂਗੀ ਜੀ।
ਓਕੇ ਜੀ, ਆਪ ਜੀ ਦੇ ਕਹੇ ਮੁਤਾਬਿਕ ਅਸੀਂ ਬੀ ਆਪਸ਼ਨ ਨੂੰ ਲੌਕ ਕਰ ਰਹੇ ਹਾਂ ਐਂਡ ਇਟਸ ਏ ਕਰੈਕਟ ਆਨਸਰ। ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਸਾਰੀ ਟੀਮ, ਸਾਡੇ ਸਪੋਂਸਰਸ ਵੱਲੋਂ, ਔਰ ਅਸੀਂ ਦਰਸ਼ਕਾਂ ਦੇ ਬਿਹਾਫ 'ਤੇ ਵੀ ਆਪ ਜੀ ਨੂੰ ਮੁਬਾਰਕਾਂ ਦੇ ਰਹੇ ਹਾਂ ਕਿ ਆਪ ਜੀ ਅੱਜ ਇੱਥੋਂ ਟਾਈਟਲ ਵਿਨ ਕਰ ਗਏ ਹੋ। ਸੀਜ਼ਨ 33 ਦੇ ਆਪ ਜੀ ਸੈਕਿੰਡ ਟਾਈਟਲ ਵਿਨਰ ਬਣ ਗਏ ਹੋ। ਇਸ ਮੌਕੇ 'ਤੇ ਆਪ ਜੀ ਕੀ ਕਹਿਣਾ ਚਾਹੁੰਦੇ? ਮੈਂ ਸਾਰੀ ਆਓ ਬਣੀ ਗੁਰਸਿੱਖ ਪਿਆਰਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਹੈ ਸੀਜ਼ਨ 33 ਵਿੱਚ ਪਾਰਟੀਸਪੇਟ ਕਰਕੇ। ਮੈਂ ਸਾਰੇ ਟੀਚਰਸ ਦਾ, ਸਰ ਦਾ, ਸਭ ਦਾ ਹੀ ਬਹੁਤ ਬਹੁਤ ਥੈਂਕਸ ਕਰਦੀ ਹਾਂ। ਖਾਸ ਤੌਰ 'ਤੇ ਸਰੋਜ ਮੈਮ, ਮਮਤਾ ਮੈਮ, ਉਹਨਾਂ ਨੇ ਮੈਨੂੰ ਬਹੁਤ ਅੱਛਾ ਗਾਈਡ ਕੀਤਾ ਹੈ। ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਗੁੱਡ ਜੀ, ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਮੈਂ ਰਿਕੁਐਸਟ ਕਰ ਰਿਹਾ ਸਰਦਾਰ ਕੰਵਰਦੀਪ ਸਿੰਘ ਜੀ, ਡਾਇਰੈਕਟਰ ਸਿਮਕੋ, ਔਰ ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰ ਤਰਨਪ੍ਰੀਤ ਸਿੰਘ ਜੀ, ਗਿਫਟ ਐਂਪਰ ਔਰ ਕੈਸ਼ ਪ੍ਰਾਈਜ਼ ਸਿਮਕੋ ਔਰ ਵਾਈਬਰ ਟੀਵੀ ਵੱਲੋਂ ਆਪ ਜੀ ਨੂੰ ਆਫਰ ਕਰ ਰਹੇ ਹਨ। ਪਲੀਜ਼ ਐਕਸੈਪਟ। ਆਓ ਬਣੀਏ ਗੁਰਸਿੱਖ ਪਿਆਰਾ, ਆਓ ਬਣੀਏ ਗੁਰਸਿੱਖ ਪਿਆਰਾ। ਅਸੀਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ। ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਸਰਦਾਰ ਗੁਰਮੋਹਨ ਸਿੰਘ ਜੀ ਨਵੇਂ ਕੰਟੈਸਟੈਂਟ, ਨਵੇਂ ਕੁਐਸਚਨ ਆਨਸਰਸ ਦੇ ਨਾਲ ਗੇਮ ਨੂੰ ਕੰਟੀਨਿਊ ਰੱਖਣਗੇ। ਬ੍ਰੇਕ ਦੇ ਵਿੱਚ ਇੱਕ ਆਡੀਅੰਸ ਕੁਐਸਚਨ ਆ ਰਿਹਾ ਘਰ ਬੈਠੇ ਦਰਸ਼ਕ, ਇਸ ਦਾ ਜਵਾਬ ਸਾਨੂੰ ਆਪਣੀ ਫੋਟੋ, ਆਪਣੇ ਨਾਮ, ਸਿਟੀ ਨੇਮ ਦੇ ਨਾਲ ਸਾਨੂੰ ਜਲਦੀ ਲਿਖ ਭੇਜਣ, ਤਾਂ ਕਿ ਅਗਲੇ ਹਫ਼ਤੇ ਅਗਰ ਉਹ 15 ਦੇ ਵਿੱਚ ਸਿਲੈਕਟ ਹੁੰਦੇ ਹਨ ਤਾਂ ਉਹਨਾਂ ਦੀ ਫੋਟੋ ਟੀਵੀ 'ਤੇ ਦਿਖਾਈ ਜਾਏਗੀ। ਥੈਂਕ ਯੂ ਸੋ ਮੱਚ। ਪਸੀਨਾ ਨੂੰ ਪਸੀਨਾ ਨਹੀਂ ਖੁਸ਼ਬੂ ਪਸੰਦ ਹੈ, ਇਸੇ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਹੈ, ਸਿਮਕੋ ਸਵਿਫਟ ਕੂਲ ਹੈ। ਜਬ ਆਪਕੋ ਗਰਮੀ ਲੱਗਤੀ ਹੈ ਤੋ ਆਪਕੋ ਗੁੱਸਾ ਆਤਾ ਹੈ, ਜਬ ਆਪਕੋ ਗੁੱਸਾ ਆਤਾ ਹੈ ਤੋ ਆਪ ਝਗੜਤੇ ਹੈ, ਜਬ ਆਪ ਝਗੜਤੇ ਹੈ ਤੋ ਆਪਕੋ ਘਰ ਸੇ ਬਾਹਰ ਨਿਕਾਲ ਲਿਆ ਜਾਤਾ ਹੈ, ਜਬ ਆਪ ਘਰ ਸੇ ਬਾਹਰ ਨਿਕਲ ਰਹੇ ਹੈ ਤੋ ਆਪਕੋ ਔਰ ਗਰਮੀ ਲੱਗਤੀ ਹੈ। ਆਪ ਗਰਮੀ ਮਤ ਖਾ, ਵਾਈਬਰ ਏਸੀ ਚਲਾ। ਵਾਈਬਰ ਏਸੀ 52 ਡਿਗਰੀ ਕੀ ਭਯੰਕਰ ਗਰਮੀ ਮੇ ਵੀ ਰੱਖੇ ਆਪਕੇ ਦਿਮਾਗ ਕੋ ਠੰਡਾ। When it's about style, it's Simco. Simco Swift Power Hair Spray in Ultra Strong, Mega Strong and System Professional. Simco Swift Power Hair Spray. Style begins with it. ਇਸੇ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਹੈ, ਸਿਮਕੋ ਸਵਿਫਟ ਕੂਲ ਹੈ। ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਡੀਅੰਸ ਕੁਐਸਚਨ ਹੈ, ਗੁਰਮੁਖੀ ਦੇ ਕਿਸ ਅੱਖਰ ਦੇ ਤਿੰਨ ਬਦਲਵੇਂ ਰੂਪ 35 ਅੱਖਰੀ ਵਿੱਚ ਮਿਲਦੇ ਹਨ? ਆਪ ਜੀ ਦੇ ਆਪਸ਼ਨ ਹਨ, ਏ ਕੱਕਾ, ਬੀ ਮਮਾ, ਸੀ ਟਟਾ, ਡੀ ਪਪਾ। ਆਪ ਜੀ ਆਪਣੇ ਜਵਾਬ ਸਕਰੀਨ 'ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਅਸੀਂ ਮੁੜ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਪਿਆਰੇ ਪ੍ਰੋਗਰਾਮ ਆਓ ਬਣੀਏ ਗੁਰਸਿੱਖ ਪਿਆਰਾ ਵਿਚਕਾਰ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੇਰੇ ਕੋ ਐਂਕਰ ਸਰਦਾਰ ਹਰਜਿੰਦਰ ਸਿੰਘ ਇਸ ਪ੍ਰਤਿਯੋਗਤਾ ਨੂੰ ਚਲਾ ਰਹੇ ਸਨ, ਤਾਂ ਹੁਣ ਇੱਕ ਨਵੇਂ ਪ੍ਰਤੀਯੋਗੀ ਦੇ ਨਾਲ ਅਸੀਂ ਇਸ ਪ੍ਰਤੀਯੋਗਤਾ ਨੂੰ ਅੱਗੇ ਜਾਰੀ ਰੱਖਾਂਗੇ। ਔਰ ਸਾਡੇ ਅਗਲੇ ਪ੍ਰਤੀਯੋਗੀ ਹਨ ਬਿਲਾਸਪੁਰ ਤੋਂ ਰਸ਼ਮੀਤ ਕੌਰ ਜੀ। ਜੀ ਆਇਆਂ ਨੂੰ ਰਸ਼ਮੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਸ਼ਮੀਤ ਕੌਰ ਜੀ, ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋਗੇ? ਰਸ਼ਮੀਤ ਕੌਰ ਬਿਲਾਸਪੁਰ ਛੱਤੀਸਗੜ੍ਹ ਤੋਂ, ਹਾਊਸਵਾਈਫ। ਮੇਰੀ ਹੌਬੀ ਹੈ ਗੁਰ ਇਤਿਹਾਸ ਪੜ੍ਹਨਾ ਅਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ। ਬਹੁਤ ਅੱਛਾ, ਤੁਹਾਡਾ ਇੱਕ ਸ਼ੌਕ ਹੈ ਔਰ ਇਸ ਸ਼ੌਕ ਨੇ ਤੁਹਾਨੂੰ ਅੱਜ ਐਡੇ ਵੱਡੇ ਪਲੇਟਫਾਰਮ 'ਤੇ ਪਹੁੰਚਾ ਦਿੱਤਾ ਹੈ ਜਿਹਦੇ ਕਿ 10 ਸਾਲ ਹੋ ਗਏ ਨੇ ਔਰ ਕਰੋੜਾਂ ਦਰਸ਼ਕ ਦੁਨੀਆ ਭਰ ਦੇ ਵਿਚਕਾਰ ਨੇ। ਤਾਂ ਇਸ ਤੋਂ ਪਹਿਲਾਂ ਕਿ ਪ੍ਰਤੀਯੋਗਤਾ ਆਰੰਭ ਕੀਤੀ ਜਾਏ, ਰੂਲਸ ਤੁਹਾਨੂੰ ਪਤਾ ਨੇ? ਹਾਂਜੀ। ਅਸੀਂ ਆਪ ਜੀ ਨੂੰ ਪ੍ਰਸ਼ਨਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਹਾਂਜੀ। ਤਾਂ ਪਹਿਲੇ ਇਸ 45 ਸਕਿੰਟ ਦਾ ਟਾਈਮ ਹੈ, ਦੂਜੇ 60 ਸੈਕਿੰਡ ਦਾ ਟਾਈਮ ਹੋ ਜਾਏਗਾ, ਧਿਆਨ ਰੱਖਣਾ। ਅਤੇ ਪ੍ਰਸ਼ਨਾਂ ਦੀ ਲੜੀ ਦੇ ਵਿਚਕਾਰ ਪਹਿਲਾ ਪ੍ਰਸ਼ਨ ਰਸ਼ਮੀਤ ਕੌਰ ਜੀ ਵਾਸਤੇ ਉਹਨਾਂ ਦੀ ਸਕਰੀਨ 'ਤੇ। ਇੱਕ ਸਿੱਖ ਪ੍ਰਚਾਰਕ ਨੂੰ ਕਥਾ ਵਿਚਾਰ ਕਰਨ ਸਮੇਂ ਕਿਸ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ? ਤੁਹਾਡੀਆਂ ਆਪਸ਼ਨਸ ਨੇ, ਏ ਗੁਰਬਾਣੀ ਦੇ ਸਿਧਾਂਤ, ਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵਿਚਾਰਧਾਰਾ, ਸੀ ਅਨਮਤੀ ਰਚਨਾਵਾਂ ਦੇ ਹਵਾਲੇ ਤੋਂ ਸੰਕੋਚ, ਡੀ ਇਹਨਾਂ ਸਾਰੀਆਂ ਗੱਲਾਂ ਦਾ। ਕਿਹਦੇ ਨਾਲ ਜਾਣਾ ਚਾਹੋਗੇ? ਮੈਂ ਆਪਸ਼ਨ ਡੀ ਨਾਲ ਜਾਣਾ ਚਾਹਾਂਗੀ, ਇਹਨਾਂ ਸਾਰੀਆਂ ਗੱਲਾਂ ਦਾ। ਤਾਂ ਆਪਸ਼ਨ ਡੀ ਨੂੰ ਲੌਕ ਕਰਕੇ ਦੇਖ ਦਿਆਂਗੇ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਹੈ ਕਿ ਸਾਡੀ ਸਮਰਨ ਬੇਨਤੀ ਹੈ ਸਿੱਖ ਪ੍ਰਚਾਰਕਾਂ ਵਾਸਤੇ ਕਿ ਆਪ ਜੀ ਜਦੋਂ ਕਥਾ ਕਰਦੇ ਹੋ ਤਾਂ ਸੱਚ ਜਾਣੋ ਕਿ ਸੱਚ ਅਤੇ ਕੱਚ ਦਾ ਜਿਹੜਾ ਫਰਕ ਹੈ ਉਸ ਨੂੰ ਸਮਝਣ ਦੀ ਬਹੁਤ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਤੋਂ ਬਾਹਰ ਜਾ ਕੇ ਕਥਾ ਕਰਕੇ ਅਸੀਂ ਮਾਮੂਲੀ ਜੀ ਵਾਹਵਾ ਤਾਂ ਜ਼ਰੂਰ ਖੱਟ ਲੈਂਦੇ ਹਾਂ, ਲੇਕਿਨ ਸੱਚ ਜਾਣਿਓ ਜਿਸ ਵਿਸ਼ੇ ਵਾਸਤੇ ਜਾਂ ਜਿਸ ਸਿਧਾਂਤ ਨੂੰ ਲੈ ਕੇ ਅਸੀਂ ਤੁਰਦੇ ਹਾਂ ਉਹਦੀ ਅਸੀਂ ਸੰਪੂਰਨਤਾ ਨਹੀਂ ਕਰ ਰਹੇ। ਤਾਂ ਵਧਾਂਗੇ ਦੂਜੇ ਪ੍ਰਸ਼ਨ ਵੱਲ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸ ਗੁਰੂ ਸਾਹਿਬ ਦੇ ਨਾਂ ਦੇ ਸਿੱਕੇ ਜਾਰੀ ਕੀਤੇ? ਤੁਹਾਡੀਆਂ ਆਪਸ਼ਨਸ ਨੇ, ਏ ਗੁਰੂ ਨਾਨਕ ਸਾਹਿਬ ਜੀ, ਬੀ ਗੁਰੂ ਗੋਬਿੰਦ ਸਿੰਘ ਜੀ, ਸੀ ਗੁਰੂ ਨਾਨਕ ਸਾਹਿਬ ਅਤੇ
ਗੁਰੂ ਗੋਬਿੰਦ ਸਿੰਘ ਜੀ, ਏ ਔਰ ਬੀ, ਡੀ ਗੁਰੂ ਅਰਜਨ ਸਾਹਿਬ ਜੀ, ਤੁਸੀਂ ਕਿਹਦੇ ਨਾਲ ਜਾਣਾ ਚਾਹੋਗੇ? ਮੈਂ ਏ ਅਤੇ ਬੀ ਆਪਸ਼ਨ ਸੀ ਨਾਲ ਜਾਣਾ ਚਾਹਾਂਗੀ। ਏ ਗੁਰੂ ਨਾਨਕ ਸਾਹਿਬ ਜੀ ਅਤੇ ਬੀ ਗੁਰੂ ਗੋਬਿੰਦ ਸਿੰਘ ਜੀ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਰਸ਼ਮੀਤ ਕੌਰ ਜੀ ਦਾ ਉੱਤਰ ਦੇ ਨਾਲ ਕੰਪਿਊਟਰ ਜੀ ਸਹਿਮਤ ਨੇ ਕਿ ਨਹੀਂ। ਬਿਲਕੁਲ ਠੀਕ ਉੱਤਰ ਦਿੱਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਸਾਹਿਬ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਜਾਰੀ ਕੀਤੇ। ਇਹ ਉਹ ਯੋਧਾ ਸਨ ਜਿਨ੍ਹਾਂ ਆਪਣੇ ਨਾਵਾਂ ਦੇ ਸਿੱਕੇ ਜਾਰੀ ਨਹੀਂ ਕੀਤੇ, ਕਿਉਂਕਿ ਗੁਰੂ ਨਾਨਕ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿਧਾਂਤ ਨੂੰ ਲੈ ਕੇ ਅੱਗੇ ਤੁਰੇ ਸਨ। ਤਾਂ ਹੀ ਤਾਂ ਅੱਜ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ। ਵਧਾਂਗੇ ਤੀਸਰੇ ਪ੍ਰਸ਼ਨ ਵੱਲ। ਇਹ ਆਡੀਓ ਪ੍ਰਸ਼ਨ ਹੈ। ਸੁਖਮਣੀ ਸਾਹਿਬ ਵਿੱਚੋਂ ਅਗਲੀ ਗੁਰਬਾਣੀ ਤੁਕ ਨੂੰ ਪੂਰੀ ਕਰਨਾ ਹੈ। ਆਡੀਓ ਕਲਿੱਪ ਔਨ ਕੀਤੀ ਜਾ ਰਹੀ ਹੈ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨੇਕ ਤਪੱਸਿਆ ਕਰੇ ਅਹੰਕਾਰ, ਨਰਗ ਸੁਰਗ ਫਿਰ ਫਿਰ ਅਵਤਾਰ। ਦੇਖਦੇ ਹਾਂ ਕਿ ਕੰਪਿਊਟਰ ਜੀ ਤੁਹਾਡਾ ਸਹਿਮਤ ਨਹੀਂ ਕਿ ਨਹੀਂ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ। ਤੁਹਾਡਾ ਉੱਤਰ ਬਿਲਕੁਲ ਠੀਕ ਹੋ ਗਿਆ। ਵਧਾਂਗੇ ਅਗਲੇ ਪ੍ਰਸ਼ਨ ਵੱਲ। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਨਾਨਕ ਭਗਤਾਂ ਸਦਾ ਵਿਗਾਸ। ਇਸ 'ਤੇ ਵਿਗਾਸ ਸ਼ਬਦ ਨੂੰ ਜਿਹੜਾ ਹੈ ਹਾਈਲਾਈਟ ਕੀਤਾ ਗਿਆ ਹੈ। ਔਰ ਹੇਠ ਲਿਖੀਆਂ ਜਿਹੜੀਆਂ ਆਪਸ਼ਨਸ ਨੇ ਉਹਨਾਂ ਵਿੱਚੋਂ ਕਿਹਦੇ ਨਾਲ ਤੁਸੀਂ ਜਾਣਾ ਚਾਹੋਗੇ? ਏ ਲਾਜ਼ਮੀ, ਬੀ ਡੂੰਘਾ ਸਮੁੰਦਰ, ਸੀ ਵਿਕਾਸ, ਡੀ ਖੜਾਓ। ਮੈਂ ਆਪਸ਼ਨ ਡੀ ਨਾਲ ਜਾਣਾ ਚਾਹਾਂਗੀ। ਫੋਰ ਐਵਰ ਇਨ ਬਲੈਸ ਖਿੜਾਓ। ਫੋਰ ਐਵਰ ਇਨ ਬਲੈਸ ਖੜਾਓ। ਤੋ ਦੇਖਦੇ ਹਾਂ ਆਪਸ਼ਨ ਡੀ ਨੂੰ ਲੌਕ ਕਰਕੇ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਉੱਤਰ ਆ ਗਿਆ ਹੈ। ਇਹ ਵਿਗਾਸ ਸ਼ਬਦ ਦਾ ਗੁਰਬਾਣੀ ਦਾ ਜਿਹੜਾ ਭਾਵਾਰਥ ਹੈ ਉਹ ਖਿੜਾਓ ਸ਼ਬਦ ਹੈ। ਤੋ ਵਧਾਂਗੇ ਪੰਜਵੇਂ ਪ੍ਰਸ਼ਨ ਵੱਲ। ਸਿੱਖ ਕੁੜੀ ਅਚੀਵਰ ਦੀ ਪਹਿਚਾਣ ਕਰੋ। ਆਪ ਜੀ ਨੂੰ ਇੱਕ ਸਿੱਖ ਲੜਕੀ ਦੀ ਚਿੱਤਰ ਦਿਖਾਇਆ ਜਾ ਰਿਹਾ। ਆਪਣੇ ਪਹਿਚਾਣ ਕਰਨਾ ਕਿ ਉਹ ਕਿੰਨਾ ਦੀ ਹੈ। ਤੋ ਸਕਰੀਨ ਦੇ ਉੱਤੇ ਹੈ ਚਿੱਤਰ। ਕਾਫੀ ਕੁਝ ਯਾਦ ਆ ਗਿਆ ਹੋਏਗਾ। ਤੁਹਾਡੀਆਂ ਆਪਸ਼ਨਸ ਨੇ ਏ ਹਰਮਨਪ੍ਰੀਤ ਕੌਰ, ਬੀ ਅਮਨਜੋਤ ਕੌਰ, ਸੀ ਮਹਿੰਦਰ ਕੌਰ, ਡੀ ਸਿਦਕਵੰਤ ਕੌਰ। ਕਿਹਦੇ ਨਾਲ ਜਾਣਾ ਚਾਹੋਗੇ? ਸਰ ਮੈਂ ਆਪਸ਼ਨ ਬੀ ਨਾਲ ਜਾਣਾ ਚਾਹਾਂਗੀ, ਅਮਨਜੋਤ ਕੌਰ। ਆਪਸ਼ਨ ਬੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਹੈ, ਅਮਨਜੋਤ ਕੌਰ ਇਜ਼ ਦਾ ਰਾਈਟ ਆਂਸਰ। ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਤੁਸੀਂ ਪਹਿਲਾ ਲੈਵਲ ਜਿਹੜਾ ਹੈ ਸਫਲਤਾਪੂਰਵਕ ਪਾਰ ਕਰ ਲਿਆ ਹੈ ਔਰ ਹੁਣ ਤੁਸੀਂ ਸੈਕਿੰਡ ਲੈਵਲ ਦੇ ਅੰਦਰ ਪ੍ਰਵੇਸ਼ ਕਰਨ ਜਾ ਰਹੇ ਹੋ। ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਮੁਬਾਰਕਬਾਦ। ਆਓ ਬਣੀਏ ਗੁਰ ਸਿੱਖ ਪਿਆਰਾ। ਔਰ ਹੁਣ ਸਮਾਂ ਵੀ ਵੱਧ ਗਿਆ 60 ਸੈਕਿੰਡ ਦਾ ਔਰ ਸਾਡੇ ਦਰਸ਼ਕਾਂ ਦੇ ਵਾਸਤੇ ਪੂਰੀ ਡਿਟੇਲ ਹੈ ਅਮਨਜੋਤ ਕੌਰ ਦੀ, ਆਪ ਜੀ ਦੇ ਸਾਹਮਣੇ ਅਸੀਂ ਦਿਖਾ ਰਹੇ ਹਾਂ। ਤੋ ਵਧਾਂਗੇ ਛੇਵੇਂ ਪ੍ਰਸ਼ਨ ਵੱਲ। ਭਾਈ ਲੱਖੀ ਸ਼ਾਹ ਬੰਜਾਰਾ ਦਾ ਜਨਮ ਕਦੋਂ ਹੋਇਆ? ਤੁਹਾਡੀਆਂ ਆਪਸ਼ਨਸ ਨੇ ਏ ਜੁਲਾਈ 1580, ਬੀ ਜੁਲਾਈ 1680, ਸੀ ਜੂਨ 1580, ਡੀ ਜੂਨ 1680।
ਸਰ ਮੈਂ ਆਪਸ਼ਨ ਏ ਨਾਲ ਜਾਣਾ ਚਾਹਾਂਗੀ, ਜੁਲਾਈ 1580। ਲੌਕ ਕਰ ਦਈਏ? ਹਾਂਜੀ, ਆਪਸ਼ਨ ਏ ਨੂੰ ਲੌਕ ਕਰਕੇ ਦੇਖਦੇ ਹਾਂ ਕੰਪਿਊਟਰ ਜੀ ਕਿ ਰਸ਼ਮੀਤ ਕੌਰ ਜੀ ਦੇ ਉੱਤਰ ਦੇ ਨਾਲ ਤੁਸੀਂ ਸਹਿਮਤ ਹੋ ਕਿ ਨਹੀਂ। ਬਿਲਕੁਲ ਠੀਕ ਉੱਤਰ ਦਿੱਤਾ ਤੁਸੀਂ। ਜੁਲਾਈ 1580 ਵਿੱਚ ਭਾਈ ਲੱਖੀ ਸ਼ਾਹ ਬੰਜਾਰਾ ਦਾ ਜਨਮ ਹੋਇਆ ਸੀ। ਭਾਈ ਲੱਖੀ ਸ਼ਾਹ ਬੰਜਾਰਾ ਸਿੱਖ ਇਤਿਹਾਸ ਦੇ ਵਿੱਚ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਗੁਰੂ ਘਰ ਨੂੰ ਸਮਰਪਣ ਕਰਕੇ ਆਪਣਾ ਸਾਰਾ ਦਾ ਸਾਰਾ ਜੀਵਨ ਸਮਰਪਿਤ ਕੀਤਾ। ਅੱਜ ਦਾ ਐਪੀਸੋਡ ਦਰਸ਼ਕੋ ਅਸੀਂ ਇੱਥੇ ਸਮਾਪਤ ਕਰ ਰਹੇ ਹਾਂ, ਮਗਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਅਗਲੇ ਹਫ਼ਤੇ ਅਸੀਂ ਇਸੇ ਪ੍ਰਤੀਯੋਗੀ ਦੇ ਨਾਲ ਇਸ ਪ੍ਰਤੀਯੋਗਤਾ ਨੂੰ ਜਾਰੀ ਰੱਖਾਂਗੇ। ਲੇਕਿਨ ਬ੍ਰੇਕ ਦੇ ਵਿਚਕਾਰ ਜਿਹੜਾ ਪ੍ਰਸ਼ਨ ਪੁੱਛ ਗਿਆ ਉਹਦਾ ਉੱਤਰ ਜ਼ਰੂਰ ਦਿਓ ਤਾਂ ਕਿ ਤੁਸੀਂ ਪਹਿਲੇ 15 ਜੇਤੂਆਂ ਸ਼ਾਮਲ ਹੋ ਸਕੋ। ਅਗਲੇ ਹਫ਼ਤੇ ਇਸੇ ਚੈਨਲ 'ਤੇ ਫਿਰ ਮਿਲਾਂਗੇ ਰਸ਼ਮੀਤ ਕੌਰ ਜੀ ਦੇ ਨਾਲ ਕਿ ਕੀ ਰਸ਼ਮੀਤ ਕੌਰ ਜੀ ਅਗਲੇ ਹਫ਼ਤੇ ਆਓ ਬਣੀਏ ਗੁਰਸਿੱਖ ਪਿਆਰਾ ਦਾ ਟਾਈਟਲ ਇੱਥੋਂ ਜਿੱਤ ਕੇ ਜਾਂਦੇ ਨੇ ਕਿ ਨਹੀਂ, ਕਿਉਂਕਿ ਬਿਨਾਂ ਲਾਈਫ ਲਾਈਨ ਤੋਂ ਇਸ ਪ੍ਰਤੀਯੋਗਤਾ ਨੂੰ 6ਵੇਂ ਪ੍ਰਸ਼ਨ ਤੱਕ ਉਹ ਲੈ ਗਏ। ਦਰਸ਼ਕੋ ਤੁਹਾਡਾ ਵੀ ਪਿਆਰ ਸਾਨੂੰ ਮਿਲਦਾ ਰਹਿਣਾ ਚਾਹੀਦਾ। ਤੋ ਅਗਲੇ ਹਫ਼ਤੇ ਫਿਰ ਮਿਲਾਂਗੇ। ਦਿਓ ਇਜਾਜ਼ਤ, ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।